ਕੀ ਘਟਨਾ ਹੈ ਤੁਹਾਡੇ ਇੱਥੇ? ਮੈਂ ਵੀ ਸਵੇਰੇ ਉੱਠ ਕੇ ਵੇਖਿਆ ਇੱਥੇ ਜਿਹੜਾ ਇੱਥੇ ਲੱਗਾ ਤਾਂ ਸੀ ਬਿਮਾਰੀ ਦੇ ਉੱਤੇ ਕਵਰ ਐਂਗਲ ਸਵੇਰੇ ਗੈਪ ਸੀ। ਕੋਈ ਸੀਸੀਟੀਵੀ ਵੀਡੀਓ ਦੇ ਵਿੱਚ ਸੀਸੀਟੀਵੀ ਕੈਮਰੇ ਦੇਖਣ ਲਿਆ ਚੈੱਕ ਕਰਦੇ ਪਏ ਆ ਸਾਹਮਣੇ ਉਹਦੇ 'ਚੋਂ ਆਏ ਦੋ ਬੰਦੇ ਰੇੜੀ ਦੇ ਉੱਤੇ ਆਏ ਆ ਅਤੇ ਉਹ ਚੈੱਕ ਕਰਨ ਡਿਆ ਉਹਦੇ ਪਛਾਣਨ ਦੀ ਕੋਸ਼ਿਸ਼ ਕਰਨ ਡਿਆ ਵੀ ਜੇ ਕੋਈ ਉਹਦੇ 'ਚੋਂ ਨਿਕਲਦਾ ਤਾਂ ਜ਼ਰੂਰ ਇੰਟੀਮੇਸ਼ਨ ਦੇਵਾਂਗੇ ਇਸ ਚੀਜ਼ ਦੀ। ਅਤੇ ਤੜਕੇ ਦੀ ਘਟਨਾ ਵਾ ਕੋਈ 3 ਵਜੇ ਤੋਂ 3:30 ਵਜੇ ਦੇ ਵਿੱਚ ਵਿੱਚ ਐਂਗਲ ਤਾਂ ਦੇਖਣ ਡਿਆ ਥੋੜ੍ਹਾ ਵਾਚ ਕਰਨ ਡਿਆ ਕੋਈ ਪਛਾਣ ਦੇ ਵਿੱਚ ਲੜਕੇ ਹੋਣ ਅਤੇ ਉਸ ਦੀ ਬਣਦੀ ਕਾਰਵਾਈ ਇਹੀ ਥਾਣੇ ਦਰਖਾਸਤੀਆਂ ਚੱਲ ਰਹੀਆਂ ਥੋੜ੍ਹੀ ਦੇਰ ਤੱਕ। ਕਿੰਨੀ ਕੁ ਵਜੇ ਦੀ ਘਟਨਾ ਹੈ? ਇਹ ਕੋਈ ਤਕਰੀਬਨ 3 ਤੋਂ 4 ਵਜੇ ਦੇ। ਤੁਹਾਡਾ ਨਾਮ ਕੀ? ਸ਼ੁਭ ਨਾਮ? ਮੇਰਾ ਲੱਕੀ। ਘਟਨਾ ਇਹ ਹੈ ਕਿ ਸਾਡੇ ਇੱਥੇ ਨਾਲੀਆਂ ਦੀ ਬੜੀ ਦਿਲ ਦੀ ਪ੍ਰੋਬਲਮ ਚੱਲਦੀ ਪਈ ਸੀ ਅਤੇ ਜਿਹਦੇ ਕਰਕੇ ਗਾਟਰ ਥੋੜ੍ਹਾ ਚੁੱਕ ਕੇ ਨਾਲੀਆਂ ਸਾਫ ਕਰਦੇ ਅਤੇ ਰਾਤ ਤੱਕ ਤਾਂ ਠੀਕ ਸੀ ਪਰ ਸਵੇਰੇ ਦੇਖਿਆ ਤਾਂ ਗਾਟਰ ਹੈ ਨਹੀਂ ਸੀ। ਇਹ ਕੱਲ੍ਹ ਅਸੀਂ ਨਾਲੀਆਂ ਸਾਫ ਕਰਾਈਆਂ ਅਤੇ ਸਾਨੂੰ ਲੱਗਦਾ ਕਿ ਸ਼ਾਇਦ ਉਹਨਾਂ 'ਚੋਂ ਹੀ ਕੋਈ ਨਾ ਹੋਏ। ਬਾਕੀ ਕਿੰਨਾ ਸੀ ਸੀ ਵੀਡੀਓ ਦੇਖੀ ਆ ਉਹ 3:30 ਵਜੇ ਦੀ ਆਈ ਦੀ ਆ ਤਕਰੀਬਨ 3:30 ਵਜੇ ਦੀ ਆਈ ਦੀ ਆ। ਕੀ ਆਇਆ ਉਹਦੇ ਵਿੱਚ? ਉਹਦੇ ਵਿੱਚ ਆਇਆ ਕਿ ਦੋ ਆਏ ਮੁੰਡੇ ਰੇੜੀ ਲੈ ਕੇ ਆਏ ਆ ਅਤੇ ਗਾਟਰ ਚੁੱਕ ਕੇ ਲੈ ਗਏ। ਹੁਣ 3:30 ਵਜੇ ਕੌਣ ਜਾਗਦਾ? ਕੋਈ ਨਹੀਂ ਜਾਗਦਾ। ਗੇਟ ਖੁੱਲ੍ਹਾ ਤਾਂ ਸੀ। ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਕਿ ਚੋਰ ਫੜੇ ਜਾਣ, ਟ੍ਰੇਸ ਕੀਤਾ ਜਾਏ ਅਤੇ ਇਹਨਾਂ ਨੂੰ ਬਣਦੀ ਕਾਰਵਾਈ ਕੀਤੀ ਜਾਏ।